ਇੱਕ ਹਫ਼ਤਾ ਪਹਿਲਾਂ ਤੁਹਾਡੇ ਸਿਰ ਦੇ ਉੱਤੇ ਕਰਜ਼ੇ ਦੀ ਵੰਡ ਸੀਗੀ ਔਰ ਨਿਸ਼ਾਨੇ 'ਤੇ ਮੁੱਖ ਮੰਤਰੀ ਭਗਵੰਤ ਮਾਨ ਸੀ, ਤੁਹਾਡੇ ਗਲੇ ਦੇ ਵਿੱਚ ਇੱਕ ਸੰਗਲ ਸੀ, ਉਹ ਸੰਗਲ ਦਾ ਕੀ ਮਤਲਬ ਸੀ, ਉਹ ਪੰਡ ਦਾ ਕੀ ਮਤਲਬ ਸੀ? ਬਤੌਰ ਓਪੋਜੀਸ਼ਨ ਲੀਡਰ ਮੈਂ ਮਾਣ ਮਹਿਸੂਸ ਕਰਦਾ। ਪੰਜਾਬ ਦੀ ਸਿਆਸਤ 360 ਡਿਗਰੀ ਘੁੰਮਦੀ ਹੋਈ ਨਜ਼ਰ ਆ ਰਹੀ ਹੈ, ਇਸ ਕਰਕੇ ਵੀ ਹੈ ਕਿਉਂਕਿ ਰਾਜਕੁਮਾਰ ਚੱਬੇਵਾਲ ਅੱਜ ਕਾਂਗਰਸ ਨੂੰ ਛੱਡ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋ ਗਏ ਨੇ। ਦਲਿਤ ਲੀਡਰ ਦੇ ਤੌਰ 'ਤੇ ਦੇਖਿਆ ਜਾਂਦਾ ਵੈ ਔਰ ਦੋ ਵਾਰ MLA ਰਹਿ ਚੁੱਕੇ ਨੇ, ਵਿਧਾਨ ਸਭਾ ਦੇ ਅੰਦਰ ਡਿਪਟੀ LOP ਨੇ, ਗੱਲਬਾਤ ਉਹਨਾਂ ਦੇ ਨਾਲ ਕਰਦੇ ਹਾਂ। ਚੱਬੇਵਾਲ ਸਾਹਿਬ, 360 ਡਿਗਰੀ ਦਾ ਮੈਂ ਜ਼ਿਕਰ ਕਰ ਰਿਹਾ ਸੀ ਸ਼ੁਰੂਆਤ ਦੇ ਵਿੱਚ, ਮੈਂ ਇਸ ਕਰਕੇ ਵੀ ਕਹਿ ਰਿਹਾ ਕਿ ਇੱਕ ਹਫ਼ਤਾ ਪਹਿਲਾਂ ਤੁਹਾਡੇ ਸਿਰ ਦੇ ਉੱਤੇ ਇੱਕ ਬੜੀ ਪੰਡ ਸੀਗੀ, ਕਰਜ਼ੇ ਦੀ ਪੰਡ ਸੀਗੀ ਔਰ ਨਿਸ਼ਾਨੇ 'ਤੇ ਮੁੱਖ ਮੰਤਰੀ ਭਗਵੰਤ ਮਾਨ ਸੀ, ਤੁਹਾਡੇ ਗਲੇ ਦੇ ਵਿੱਚ ਇੱਕ ਸੰਗਲ ਸੀ, ਉਹ ਸੰਗਲ ਦਾ ਕੀ ਮਤਲਬ ਸੀ, ਉਹ ਪੰਡ ਦਾ ਕੀ ਮਤਲਬ ਸੀ? ਹਾਂ ਦੇਖੋ, ਸਭ ਤੋਂ ਪਹਿਲਾਂ ਪੰਕਜ ਜੀ, ਆਪਣੇ ਤੁਸੀਂ ਜਿਹੜਾ ਪੁੱਛਿਆ ਕਿ 360 ਡਿਗਰੀ 'ਤੇ ਸਿਆਸਤ ਘੁੰਮ ਰਹੀ ਹੈ, ਮੈਟਰ ਆਫ ਦਾ ਫੈਕਟ ਇਜ਼ ਕਿ ਜੋ ਸੱਚਾਈ ਹੈ ਉਹ ਇਹ ਹੈ ਵੀ ਜੋ ਪੰਜਾਬ ਦੇ ਵਿੱਚ ਕੰਮ ਕੀਤਾ ਜਾ ਰਿਹਾ, ਖਾਸ ਤੌਰ 'ਤੇ ਮਾਨਯੋਗ ਭਗਵੰਤ ਮਾਨ ਜੀ ਮੁੱਖ ਮੰਤਰੀ ਪੰਜਾਬ ਔਰ ਅਰਵਿੰਦ ਕੇਜਰੀਵਾਲ ਜੀ CM ਦਿੱਲੀ, ਜੋ ਉਹਨਾਂ ਦੀ ਸੋਚ ਹੈ ਕਿ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਜੀ ਔਰ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਜੀ, ਉਹਨਾਂ ਦੀ ਸੋਚ 'ਤੇ ਜਿਸ ਤਰ੍ਹਾਂ ਨਿਰੰਤਰ ਪਹਿਰਾ ਦਿੱਤਾ ਜਾ ਰਿਹਾ, ਮੈਂ ਉਸ ਤੋਂ ਪ੍ਰਭਾਵਿਤ ਹਾਂ ਪਹਿਲੀ ਗੱਲ। ਔਰ ਦੂਸਰਾ, ਬਾਬਾ ਸਾਹਿਬ ਦਾ ਸੁਪਨਾ ਕਿ ਪੜ੍ਹੋ ਜੁੜੋ ਅਤੇ ਸੰਘਰਸ਼ ਕਰੋ, ਸੋ ਸਕੂਲ ਐਜੂਕੇਸ਼ਨ 'ਤੇ ਜਿਸ ਨੀਤ ਦੇ ਨਾਲ, ਜਿਸ ਸੱਚੀ ਸੁੱਚੀ ਨੀਅਤ ਦੇ ਨਾਲ ਹੈਲਥ 'ਤੇ, ਐਜੂਕੇਸ਼ਨ 'ਤੇ ਔਰ ਵਿਮੈਨ ਇੰਪਾਵਰਮੈਂਟ 'ਤੇ, ਜਾਂ ਤੁਸੀਂ ਇਹ ਕਹਿ ਲਓ ਕਿ ਅੱਜ ਜੇ ਬਿਜਲੀ ਦੇ ਬਿੱਲ ਹੈ ਪੰਜਾਬ ਦੇ ਵਿੱਚ, ਨੋਰਮਲੀ ਇਹ ਕੰਮ ਹੁੰਦਾ ਸੀ ਵੀ ਕਿਸੇ ਇੱਕ ਸਮਾਜ ਨੂੰ ਜਿਹੜਾ ਰਾਹਤ ਦੇਣ ਲਈ ਕੁਛ ਸਕੀਮਾਂ ਜਿਹੜੀਆਂ ਲਿਆਂਦੀਆਂ ਜਾਂਦੀਆਂ ਸੀ, ਪਰ ਇਸ ਸਰਕਾਰ ਵੱਲੋਂ ਜੋ ਇਹ ਸਕੀਮ ਲਿਆਂਦੀ ਗਈ ਕਿ ਸਾਰੇ ਵਰਗਾਂ ਨੂੰ 600 ਯੂਨਿਟ ਤੋਂ ਘੱਟ ਜਿਹੜੀ ਬਿਜਲੀ ਹੈ ਉਹਦਾ 0 ਬਿੱਲ ਆਏਗਾ, ਅੱਜ 90% ਤੋਂ ਜ਼ਿਆਦਾ ਜਿਹੜੇ ਪਰਿਵਾਰ ਹੈ ਉਸ ਦੇ ਤਹਿਤ ਅੱਜ ਜਿਹੜੇ ਹੈ ਉਹ ਬਿਲਕੁਲ ਆਪਣੇ ਆਪ ਨੂੰ ਰਿਲੀਫ ਮਹਿਸੂਸ ਕਰ ਰਹੇ। ਮੈਂ ਕਹਿੰਦਾ ਕਿ ਸਭ ਤੋਂ ਵੱਡੀ ਗੱਲ ਹੈ। ਔਰ ਦੂਸਰੀ ਸਭ ਤੋਂ ਵੱਡੀ ਗੱਲ ਹੈ ਵੀ ਮੈਂ ਇੱਕ ਇਸ਼ੂ ਬਤੌਰ ਓਪੋਜੀਸ਼ਨ ਲੀਡਰ ਮੈਂ ਮਾਣ ਮਹਿਸੂਸ ਕਰਦਾ ਕਿ ਮੈਂ ਜਿਹੜਾ ਇਸ਼ੂ ਰੇਜ਼ ਕੀਤਾ ਸੀ ਕਿ 58 ਲਾਅ ਆਫੀਸਰ ਜਿਹੜੇ ਹੈ ਉਹ AG ਆਫਿਸ ਦੇ ਵਿੱਚ ਉਹਨਾਂ ਨੂੰ ਜਿਹੜੀ ਹੈ ਰੈਜ਼ਰਵੇਸ਼ਨ ਦਿੱਤੀ ਜਾਣੀ ਚਾਹੀਦੀ ਹੈ। ਔਰ ਮੇਰੀ ਸੋਚ, ਮੇਰਾ ਉਦੋਂ ਮੈਂ ਬਿਲਕੁਲ ਬਹੁਤ ਹੀ ਪ੍ਰਭਾਵਿਤ ਹੋਇਆ ਜਦੋਂ ਉਹਨਾਂ ਨੇ ਜਿਹੜਾ ਦੂਸਰਾ ਵਰਗ ਹੈ ਉਹਨੂੰ ਬਿਨਾਂ ਪ੍ਰਭਾਵਿਤ ਕੀਤੇ 58 ਲਾਅ ਆਫੀਸਰ ਪੋਸਟਾਂ ਜਿਹੜੀਆਂ ਉਹਨਾਂ ਨੂੰ ਉਹਨਾਂ ਨੇ ਰੱਖਿਆ, ਅਪੁਆਇੰਟ ਕੀਤਾ, ਅਪੁਆਇੰਟਮੈਂਟ ਲੈਟਰਸ ਵੀ ਕਾਫੀ ਉਹਨੂੰ ਦਿੱਤੇ ਜਾ ਚੁੱਕੇ ਆ, ਸੋ ਕਿਸੇ ਨੂੰ ਬਿਨਾਂ ਪ੍ਰਭਾਵਿਤ ਕੀਤੇ ਹੋਏ ਹਰ ਵਰਗ ਨੂੰ ਨਾਲ ਲੈ ਕੇ ਚੱਲਣਾ, ਹਰ ਵਰਗ ਦੇ ਬਾਰੇ ਸੋਚ ਰੱਖਣਾ, ਇਹ ਮੈਂ ਸਮਝਦਾ ਕਿ ਬਹੁਤ ਵੱਡੀ ਸੋਚ ਹੈ। ਮੈਂ ਕਿਤੇ ਨਾ ਕਿਤੇ ਇਹਨਾਂ ਦੀ ਪੋਲਿਸੀਜ਼ ਤੋਂ ਪ੍ਰਭਾਵਿਤ ਰਿਹਾ। ਔਰ ਦੂਸਰਾ ਜੋ ਸਭ ਤੋਂ ਵੱਡੀ ਗੱਲ ਹੈ ਕਿ ਮੈਂ ਜਦੋਂ ਮਾਨ ਸਾਹਿਬ ਨੂੰ ਮਿਲਿਆ ਕਿ ਮਾਨ ਸਾਹਿਬ ਸਾਡੇ ਹਲਕੇ ਦੇ ਵਿੱਚ ਸਾਡੇ ਬਹੁਤ ਸਾਰੇ ਘਰ ਐਸੇ ਨੇ ਜਿਹੜੇ ਕੱਚੇ ਨੇ, ਬਾਲਿਆਂ ਵਾਲੇ ਨੇ ਔਰ ਜਿਨ੍ਹਾਂ ਦੀ ਛੱਤ ਕਦੇ ਵੀ ਡਿੱਗ ਸਕਦੀ ਹੈ, ਅਤੇ ਮੈਂ ਉਹਨਾਂ ਨੂੰ ਕਿਹਾ ਜੀ 5 ਕਰੋੜ ਰੁਪਈਆ ਜਿਹੜਾ ਸਾਡਾ ਉਹਦੇ ਲਈ ਈਅਰ ਮਾਰਕਡ ਹੈ ਕਾਫੀ ਦੇਰ ਦਾ, ਅਤੇ ਉਹਨਾਂ ਨੇ ਕਹੋ ਜੀ ਇਹ ਤਾਂ ਕਹਿੰਦੇ ਗੱਲ ਹੀ ਕੋਈ ਨਹੀਂ, ਇਰਰਿਸਪੈਕਟਿਵ ਆਫ ਐਨੀਥਿੰਗ ਯੂ ਤੁਸੀਂ ਸਾਨੂੰ ਜੁਆਇਨ ਕਰੋ ਨਾ ਕਰੋ, ਅਤੇ 5 ਕਰੋੜ ਰੁਪਈਆ ਉਹਨਾਂ ਨੇ ਰਿਲੀਜ਼ ਵੀ ਕਰਤਾ। ਅਤੇ ਮੇਰਾ ਮਿਸ਼ਨ ਉਹਨਾਂ ਨੂੰ ਇਹ ਵੀ ਦੱਸਿਆ ਕਿ ਮੇਰਾ ਮਿਸ਼ਨ ਹੈ ਹੁਸ਼ਿਆਰਪੁਰ ਦੇ ਵਿੱਚ, ਚੱਬੇਵਾਲ ਦੇ ਵਿੱਚ, ਕਿ ਹਰ ਛੱਤ ਨੂੰ, ਹਰ ਕੱਚੀ ਛੱਤ ਨੂੰ ਪੱਕੀ ਦੇਖਣਾ, ਇਹ ਮਾਨ ਸਾਹਿਬ ਮੇਰਾ ਮਿਸ਼ਨ ਹੈ। ਅਤੇ ਉਹਨਾਂ ਨੇ ਕਿਹਾ ਵੀ ਤੁਹਾਡੇ ਮਿਸ਼ਨ 'ਤੇ ਅਸੀਂ ਦਿਨ ਰਾਤ ਪਹਿਰਾ ਦੇਵਾਂਗੇ ਔਰ ਕਿਸੇ ਵੀ ਗਰੀਬ ਘਰ ਦੀ ਜਿਹੜੀ ਛੱਤ ਹੈ ਉਹ ਕੱਚੀ ਨਹੀਂ ਰਹਿਣ ਦੇਵਾਂਗੇ। ਤੁਹਾਡੀ ਰਾਜਾ ਵੜਿੰਗ ਪ੍ਰਤਾਪ ਬਾਜਵਾ ਨਾਲ ਆਖਰੀ ਗੱਲਬਾਤ ਕਦੋਂ ਹੋਈ ਸੀ?
ਕੀ ਗੱਲਬਾਤ ਹੋਈ? ਨਹੀਂ, ਰਾਜਾ ਵੜਿੰਗ ਜੀ ਤੇ ਸਰਦਾਰ ਪ੍ਰਤਾਪ ਸਿੰਘ ਜੀ ਬਾਜਵਾ ਸਾਡੇ LOP ਨੇ, ਬਹੁਤ ਸਤਿਕਾਰਯੋਗ ਨੇ। ਜਦੋਂ ਵੀ ਸੀ, ਹੁਣ ਤਾਂ ਇਧਰ ਆ ਗਏ, ਜਦੋਂ ਵੀ ਸੀ ਜਾਂ ਨੇ, ਅੱਜ ਵੀ ਨੇ ਕਾਂਗਰਸ ਪਾਰਟੀ ਦੇ LOP ਤੇ ਨੇ, ਬਟ ਮੇਰੀ ਕਦੇ ਵੀ ਉਹਨਾਂ ਦੇ ਨਾਲ ਇਸ ਤਰ੍ਹਾਂ ਦੀ ਕੋਈ ਕਿਸੇ ਨੈਗੇਟਿਵ ਇਨਵਾਇਰਮੈਂਟ ਦੇ ਵਿੱਚ ਜਾਂ ਕਿਸੇ ਉਹਨਾਂ ਹਾਲਾਤਾਂ ਦੇ ਵਿੱਚ ਕਦੀ ਐਸੀ ਗੱਲ ਨਹੀਂ ਹੋਈ। ਮੈਂ ਉਹਨਾਂ ਦਾ ਸਤਿਕਾਰ ਕਰਦਾ ਔਰ ਉਹਨਾਂ ਨੇ, ਕਿਉਂਕਿ ਮੈਂ ਕਾਂਗਰਸ ਪਾਰਟੀ ਸੀ, ਉਹਨਾਂ ਨੇ ਅੱਛਾ ਕੰਮ ਕੀਤਾ, ਕਰਦੇ ਆ। ਠੀਕ, ਤੁਸੀਂ ਸਤਿਕਾਰ ਕਰ ਰਹੇ ਹੋ, ਲੇਕਿਨ ਜਿਵੇਂ ਹੀ ਉਹਨਾਂ ਨੂੰ ਪਤਾ ਲੱਗਾ ਕਿ ਤੁਸੀਂ ਇੱਧਰ ਆ ਗਏ ਹੋ, ਉਹਨਾਂ ਦੇ ਨਿਸ਼ਾਨੇ ਦੇ ਉੱਤੇ ਤੁਸੀਂ ਆ ਗਏ, ਕਹਿੰਦੇ ਕਿ ਤੁਹਾਡੇ ਤੇ ਨਾਮ ਲੈ ਕੇ, ਕਹਿੰਦੇ ਕਿ ਤਿਤਲੀਆਂ ਵਰਗਾ ਜਿਹੜਾ ਦੂਜੇ ਫੁੱਲ ਤੇ ਬਹਿ ਗਿਆ। ਦੇਖੋ, ਵਿਰੋਧੀ ਧਿਰ ਦਾ ਕੰਮ ਹੈ, ਜਿਵੇਂ ਤੁਸੀਂ ਕਰਜ਼ੇ ਦੀ ਪੰਡ ਦੀ ਗੱਲ ਕੀਤੀ, ਜਦੋਂ ਮੈਂ ਵਿਰੋਧੀ ਧਿਰ ਚ ਸੀ ਤਾਂ ਕਰਜ਼ੇ ਦੀ ਪੰਡ, ਕਿਉਂਕਿ ਕਰਜ਼ਾ ਚੜਿਆ, ਜਦੋਂ ਕਰਜ਼ਾ ਚੜਿਆ ਤੇ ਜੇ ਵਿਰੋਧੀ ਧਿਰ ਇਸ਼ੂ ਰੇਜ਼ ਨਹੀਂ ਕਰੇਗੀ, ਜੇ ਵਿਰੋਧੀ ਧਿਰ ਨਹੀਂ ਕਹੇਗੀ ਕਿ 58 ਲਾ ਆਫੀਸਰ ਤੁਸੀਂ ਰੱਖਣੇ ਆ, ਤੇ ਫਿਰ ਕੌਣ ਕਹੇਗਾ? ਜਦੋਂ ਅਸੀਂ ਵਿਰੋਧੀ ਧਿਰ ਦੇ ਤੌਰ ਤੇ ਕਿਹਾ, ਉਦੋਂ ਬਾਅਦ ਚੀਮਾ ਸਾਹਿਬ ਨੇ ਜਵਾਬ ਵੀ ਦਿੱਤਾ ਵੀ ਠੀਕ ਗੱਲ ਆ ਵੀ ਕਰਜ਼ਾ 70,000 ਕਰੋੜ ਰੁਪਇਆ ਚੜਿਆ, ਪਰ ਅਸੀਂ ਉਹਦੇ ਚ ਡੈਟ ਸਰਵਿਸ ਵੀ ਕੀਤੀ ਆ। ਕਹਿ ਰਹੇ ਕਿ ਹੁਣ ਤਿਤਲੀਆਂ ਵਰਗਾ ਦੂਜੇ ਫੁੱਲ ਤੇ, ਉਹਨਾਂ ਨੂੰ ਕੀ ਕਹਿਣਾ ਚਾਹੁੰਦੇ? ਉਹ ਵੀ ਮੈਂ ਆਂਦਾ, ਕਿਉਂਕਿ ਉਹ ਕਹਿੰਦੇ ਵੀ ਅਸੀਂ ਕਰਜ਼ਾ, ਅਸੀਂ ਅਸ਼ੋਰ ਕਰਦੇ, ਸਿਰਫ ਸਾਨੂੰ 2 ਸਾਲ ਹੋਏ ਆ ਤੇ ਅਸੀਂ ਅਸ਼ੋਰ ਕਰਦੇ ਪੰਜਾਬ ਨੂੰ, ਤੁਹਾਨੂੰ ਵੀ, ਕਿ ਅਸੀਂ ਇਸ ਡੈਟ ਨੂੰ ਘੱਟ ਵੀ ਕਰਾਂਗੇ ਤੇ ਅਸੀਂ ਪੰਜਾਬ ਨੂੰ ਬਿਹਤਰ ਕਰਨ ਦੇ ਲਈ ਹਰ ਉਪਰਾਲਾ ਕਰਾਂਗੇ। ਔਰ ਜਿਹੜਾ ਕਰਜ਼ਾ ਚੱਕਿਆ ਉਹ ਪੰਜਾਬ ਦੀ ਬਿਹਤਰੀ ਲਈ ਚੱਕਿਆ, ਜੋ ਉਹਨਾਂ ਨੇ ਮੈਨੂੰ ਕਿਹਾ। ਔਰ ਦੂਸਰਾ, ਜੋ ਸੰਗਲਾਂ ਦੀ ਗੱਲ ਕੀਤੀ ਹੈ ਕਿ ਜੀ ਅਸੀਂ ਸੰਗਲ ਨਾਲ ਜੋ ਪ੍ਰਦਰਸ਼ਨ ਕੀਤਾ ਵਿਰੋਧੀ ਧਿਰ ਦੇ ਤੌਰ ਤੇ, ਉਹ ਮੈਂ ਸਮਝਦਾ ਕਿ ਉਹ ਇੱਕ ਸਿੰਬੋਲਿਕ ਲਾਅ ਐਂਡ ਆਰਡਰ ਤੇ ਹੈ। ਜਦੋਂ ਮੈਂ ਮਾਨਯੋਗ ਮੁੱਖ ਮੰਤਰੀ ਸਾਹਿਬ ਨਾਲ ਗੱਲ ਵੀ ਕੀਤੀ ਹੈ ਤੇ ਉਹ ਕਹਿੰਦੇ ਅਸੀਂ ਲਾਅ ਐਂਡ ਆਰਡਰ ਤੇ ਨਿਰੰਤਰ ਅਸੀਂ ਪ੍ਰਯਾਸ ਕਰ ਵੀ ਰਹੇ ਹਾਂ ਔਰ ਸਾਡੇ ਪ੍ਰਯਾਸ ਰਹਿਣਗੇ ਕਿ ਅਸੀਂ ਪੰਜਾਬ ਨੂੰ ਇੱਕ ਬਿਹਤਰ ਸੂਬਾ, ਸ਼ਾਂਤੀ ਵਾਲਾ ਸੂਬਾ ਅਸੀਂ ਇਹਨੂੰ ਬਣਾਉਣਾ ਹੈ, ਤਾਂ ਕਿ ਜਿਹੜਾ ਬਿਜ਼ਨਸ ਹੈ, ਤਾਂ ਕਿ ਜਿਹੜੀ ਇੰਡਸਟਰੀਜ਼ ਆ, ਉਹ ਜ਼ਿਆਦਾ ਤੋਂ ਜ਼ਿਆਦਾ ਪੰਜਾਬ ਦੇ ਵਿੱਚ ਆ ਸਕੇ। ਲੇਕਿਨ ਉਹ ਕਹਿ ਰਹੇ ਕਿ ਸੰਗਲ ਜਿਹੜਾ ਉਹਨਾਂ ਲਈ ਲੈ ਕੇ ਗਏ ਸੀ, ਤੁਸੀਂ ਆਪਣੇ ਗੱਲ ਦੇ ਵਿੱਚ ਉਹ ਸੰਗਲ ਪਾ ਲਿਆ। ਕਿਸੇ ਦੀ ਮਾਨਸਿਕਤਾ ਦਾ ਪ੍ਰਤੀਕ ਨਹੀਂ ਸੀ ਸੰਗਲ, ਸਿਰਫ ਇਹੀ ਪ੍ਰਤੀਕ ਸੀ ਕਿ ਅੱਜ ਲਾਅ ਐਂਡ ਆਰਡਰ ਦੀ ਜਿਹੜੀ ਸਿਚੁਏਸ਼ਨ ਹੈ ਉਹ ਖਰਾਬ ਹੈ, ਉਸ ਨੂੰ ਬਿਹਤਰ ਕਰਨ ਦੇ ਲਈ ਆਪਾਂ ਉਹ ਕੀ ਉਪਰਾਲੇ ਕਰ ਸਕਦੇ ਹਾਂ, ਲੋਕ ਅੱਜ ਮਹਿਸੂਸ ਕਰ ਰਹੇ, ਤਾਂ ਉਹ ਕਹਿੰਦੇ ਵੀ ਅਸੀਂ ਇਹਦੇ ਲਈ ਬਿਹਤਰ ਉਪਰਾਲੇ ਕਰਾਂਗੇ। ਇਹ ਕਾਂਗਰਸ ਅਸੀਂ ਦੇਖ ਰਹੇ ਹਾਂ 78 ਤੋਂ 18 ਤੇ ਆ ਗਈ, ਲੋਕ ਸਭਾ ਦੇ ਵਿੱਚ 8 ਸੀਟਾਂ ਸੀ, ਹੁਣ 6 ਤੇ ਆ ਗਈ। ਕਿੰਨਾ ਲੱਗਦਾ 2024 ਦੇ ਵਿੱਚ ਇਸ ਸਾਲ ਕਿੰਨੀਆਂ ਸੀਟਾਂ ਤੇ ਕਾਂਗਰਸ ਜਿਹੜੀ ਉਹ ਪੰਜਾਬ ਚ ਰਹਿ ਜਾਏਗੀ? ਦੇਖੋ, ਮੈਨੂੰ ਇਸ ਵੇਲੇ, ਮੈਂ ਕਿਉਂਕਿ ਆਮ ਆਦਮੀ ਪਾਰਟੀ ਜੁਆਇਨ ਕੀਤੀ, ਮੈਨੂੰ ਕਾਂਗਰਸ ਤੇ ਉਸਦੇ ਬਾਰੇ ਗੱਲ ਕਰਨ ਦਾ ਜਾਂ ਉਸ ਤੇ ਤੰਜ ਕੱਸਣ ਦਾ, ਮੇਰਾ, ਮੈਂ ਸਮਝਦਾ ਕਿ ਆਪਣਾ ਜਿਹੜਾ ਉਹ ਮੈਂ ਮੋਰਲ ਰਾਈਟ ਨਹੀਂ ਹੈ ਮੇਰਾ, ਪਰ ਠੀਕ ਹੈ, ਪਾਰਟੀ ਆਪਣੇ ਸਪੀਡ ਨਾਲ ਜਿਹੜੀ, ਜਿਹੜਾ ਵੀ ਜ਼ਿਆਦਾ ਮਿਹਨਤ ਕਰੇਗਾ ਜ਼ਿਆਦਾ ਸੀਟਾਂ ਜਿੱਤੇਗਾ, ਅਸੀਂ ਜ਼ਿਆਦਾ ਮਿਹਨਤ ਕਰਾਂਗੇ ਤੇ ਜੋ ਵੀ ਕੇਜਰੀਵਾਲ ਸਾਹਿਬ ਡਿਊਟੀ ਲਾਣਗੇ, ਮਾਨ ਸਾਹਿਬ ਡਿਊਟੀ ਲਾਣਗੇ, ਸਾਡੀ ਭਰਪੂਰ ਕੋਸ਼ਿਸ਼ ਰਹੇਗੀ ਕਿ ਅਸੀਂ ਜਿਹੜਾ ਉਹਨੂੰ ਬਿਹਤਰ ਕਰੀਏ। ਦੂਸਰਾ ਵੀ ਕਿ ਹੁਸ਼ਿਆਰਪੁਰ ਤੋਂ ਤੁਸੀਂ ਇਲੈਕਸ਼ਨ ਲੜ ਰਹੇ ਹੋ, ਇਹ ਆਲਮੋਸਟ ਕਲੀਅਰ ਸਰਵੇ ਦੇ ਵਿੱਚ ਤੁਹਾਡਾ ਨਾਮ ਮੋਸਟਲੀ ਉੱਪਰ ਆ ਰਿਹਾ, ਕਿਉਂਕਿ ਤੁਸੀਂ ਵਿਧਾਇਕੀ ਵੀ ਛੱਡਤੀ। ਜੇਕਰ ਸਿਆਸਤ 'ਚ ਕੋਈ ਵਿਧਾਇਕੀ ਛੱਡਦਾ ਤਾਂ ਉਸਦਾ ਮਤਲਬ ਹੁੰਦਾ ਉਹਨੂੰ ਅਗਲੀ ਪੌੜੀ ਚੜ੍ਹਨਾ, ਅਗਲੀ ਪੌੜੀ ਚੜ੍ਹਨ ਦੇ ਲਈ ਤੁਸੀਂ ਪਿਛਲੀ ਪੌੜੀ ਤੋਂ ਜਿਹੜਾ ਉਸ ਤੁਸੀਂ ਸਵਾਲ ਬਹੁਤ ਅੱਛਾ ਕੀਤਾ। ਵੈਸੇ ਤਾਂ ਨੋਰਮਲੀ ਜਿਹੜੇ ਅਗਲੀ ਪੌੜੀ ਤੇ ਚੜ੍ਹਦੇ ਉਹ ਅਗਲੀ ਪੌੜੀ ਤੇ ਵੀ ਪੈਰ ਰੱਖਦੇ, ਥੱਲੜੀ ਤੇ ਵੀ ਪੈਰ ਰੱਖਦੇ ਆ, ਤੇ ਮੇਰਾ ਇਹ, ਕਿਉਂਕਿ ਮੋਰਲ ਜਿਹੜੇ ਤੁਹਾਡੇ ਉਹ ਬਿਲਕੁਲ ਕਲੀਅਰ ਹੋਣੇ ਚਾਹੀਦੇ ਆ, ਜੇ ਤੁਸੀਂ ਜਾਂਦੇ ਆ ਆਮ ਆਦਮੀ ਪਾਰਟੀ, ਆਈ ਜੁਆਇੰਡ ਆਮ ਆਦਮੀ ਪਾਰਟੀ, ਉਹ ਕੁਛ ਕੋਈ ਸੇਵਾਵਾਂ ਦੇਵੇ ਜਾਂ ਨਾ ਦੇਵੇ, ਮੇਰੀ ਇਹ ਮੋਰਲ ਡਿਊਟੀ ਹੈ ਕਿ ਸਭ ਤੋਂ ਪਹਿਲਾਂ ਪ੍ਰਾਇਮਰੀ ਮੈਂਬਰਸ਼ਿਪ ਤੋਂ ਪਾਰਟੀ ਤੋਂ ਰਿਜ਼ਾਈਨ ਕਰਨਾ ਔਰ ਦੂਸਰਾ ਜਿਹੜੀ ਵਿਧਾਨ ਸਭਾ ਦੀ ਮੈਂਬਰਸ਼ਿਪ ਉਹ ਤੋਂ ਰਿਜ਼ਾਈਨ ਕਰਨਾ, ਕਿਉਂਕਿ ਸਾਡੀਆਂ ਮੋਰਲ ਵੈਲਿਊਜ਼ ਨੇ, ਅਸੀਂ ਜਿਹੜਾ ਲੋਕਾਂ ਨੇ ਸਾਨੂੰ ਜੋ ਮਤ ਦਿੱਤਾ, ਅਸੀਂ ਲੋਕਾਂ ਨੂੰ ਜਿਹੜਾ ਉਹ, ਕਿਉਂਕਿ ਲੋਕ ਕੌਨਫੀਡੈਂਸ 'ਚ ਰਹਿਣੇ ਉਹ ਸਾਡੇ ਬਹੁਤ ਜ਼ਰੂਰੀ। ਲੋਕ ਖੁਸ਼ ਨੇ, ਕਾਂਗਰਸ ਦੇ ਅੰਦਰ ਜੋ ਇਸ ਵੇਲੇ ਬਿਖਰੀ ਹੋਈ ਨਜ਼ਰ ਆਉਂਦੀ ਹੈ, ਸਿੱਧੂ ਵਰਸਿਸ ਬਾਜਵਾ, ਬਾਜਵਾ ਵਰਸਿਸ ਕੋਈ ਹੋਰ, ਫਿਰ ਰਾਜਾ ਵੜਿੰਗ ਵਰਸਿਸ ਸਿੱਧੂ, ਇਹ ਆਪਸੀ ਖਾਨਾ ਜੰਗੀ ਕਾਂਗਰਸ ਦੇ ਵਿੱਚ ਕਾਂਗਰਸ ਨੂੰ ਖਤਮ ਕਰ ਰਹੀ ਹੈ, ਕਾਂਗਰਸ ਦਾ ਨੁਕਸਾਨ ਸਭ ਤੋਂ ਵੱਡਾ ਕਾਂਗਰਸ ਕਰ ਰਹੀ, ਤੁਹਾਨੂੰ ਲੱਗਦਾ? ਕਿਉਂਕਿ ਤੁਸੀਂ ਇੰਟਰਨਲ ਗੱਲਬਾਤ ਕਰਦੇ ਰਹੇ, ਚਰਚਾਵਾਂ ਚੱਲਦੀਆਂ ਰਹੀਆਂ। ਦੇਖੋ, ਪਾਰਟੀ ਦਾ ਇੰਟਰਨਲ ਮੈਟਰ ਹੈ,
ਤੇ ਹਰ ਪਾਰਟੀ ਚ ਮੈਂ ਸਮਝਦਾ ਕਿ ਉਹਨਾਂ ਦੀ ਪਾਰਟੀ ਜੇ ਕੋਈ ਇਦਾਂ ਦੇ ਇਸ਼ੂਜ਼ ਨੇ ਇਹ ਤਾਂ ਉਹਨਾਂ ਨੇ ਹੱਲ ਕਰਨੇ। ਸੋ ਮੈਂ ਉਸ ਤੇ ਕੋਈ ਆਈ ਡੋਂਟ ਵਾਂਟ ਟੂ ਕਮੈਂਟ ਔਨ ਦਿਸ। ਇਹ ਚੰਗੀ ਗੱਲ ਆ ਕਿ ਤੁਸੀਂ ਪੋਜ਼ਿਟਿਵ ਮਾਹੌਲ ਚ ਜਾ ਰਹੇ ਹੋ। ਉਹ ਤੁਹਾਡੇ ਤੇ ਤੰਜ ਕੱਸ ਰਹੇ, ਉਹ ਪੁੱਛ ਰਹੇ ਕਿ ਸੰਗਲ ਕਿੱਥੇ ਗਈ, ਉਹ ਪੁੱਛ ਰਹੇ ਪੰਡ ਕਿੱਥੇ ਗਈ, ਤੁਸੀਂ ਉਹਨਾਂ ਨੂੰ ਕੁਛ ਨਹੀਂ ਕਹਿ ਰਹੇ। ਲੇਕਿਨ ਵੈਸੇ ਸੰਗਲ ਤੇ ਪੰਡ ਹੈ ਕਿੱਥੇ? ਜਿਸ ਘਰ ਦੇ ਵਿੱਚ 12 ਸਾਲ ਰਿਹਾ ਮੈਂ, ਉਸ ਘਰ ਨੂੰ ਮੈਂ ਬੁਰਾ ਨਹੀਂ ਕਹਿ ਸਕਦਾ। ਉਹ ਚਾਹੇ ਜੋ ਮਰਜ਼ੀ ਤੰਜ ਕੱਸਣ, ਜਿਹੜੇ ਮੈਂ ਪ੍ਰਦਰਸ਼ਨ ਕੀਤੇ ਪੰਡ ਦੇ ਕਰਜ਼ੇ ਦੀ, ਪੰਡ ਦੇ ਪੰਜਾਬ ਦੇ ਸਿਰ ਕਰਜ਼ਾ ਹੈ, ਉਹ ਕੋਈ ਝੂਠ ਨਹੀਂ ਹੈ। ਲੇਕਿਨ ਸੰਗਲ ਤੇ ਪੰਡ ਹੈ ਕਿੱਥੇ, ਹੋਰ ਕਹਿੰਦੇ ਵਾਸਤੇ ਉਹ ਨਹੀਂ ਸੰਗਲ ਤੇ ਜਿਹੜੇ ਹੁਣ ਕਰਜ਼ਾ, ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਦੱਸਿਆ ਵੀ ਕਰਜ਼ਾ ਵੀ ਆਪਾਂ ਘੱਟ ਕਰਾਂਗੇ ਇਹਨੂੰ, ਆਹਿਸਤਾ ਆਹਿਸਤਾ ਕਰਜ਼ੇ ਨੂੰ ਅਸੀਂ ਜਿੰਨੀ ਵੀ ਸਾਡਾ ਪ੍ਰਯਾਸ ਆ ਉਹ ਰੈਵਨਿਊ ਵਧਾ ਰਹੇ ਆ, ਟੈਕਸਿਸ ਵਧਾ ਰਹੇ ਆ। ਸੋ ਇਸ ਤਰ੍ਹਾਂ ਜਿਹੜੇ ਉਹਨਾਂ ਦਾ ਲਗਾਤਾਰ ਪ੍ਰਯਾਸ ਆ ਉਹਦੇ ਨਾਲ ਜਿਹੜੀ ਕਰਜ਼ੇ ਦੀ ਪੰਡ ਹੈ ਉਹ ਬਿਲਕੁਲ ਖਤਮ ਹੋਏਗੀ, ਘਟੇਗੀ। ਔਰ ਜਿੱਥੇ ਤੱਕ ਸੰਗਲ ਜਿਹੜਾ ਕਿ ਲਾਅ ਐਂਡ ਆਰਡਰ ਦਾ ਪ੍ਰਤੀਕ ਆ, ਉਹ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਕਿਹਾ ਵੀ ਅਸੀਂ ਲਾਅ ਐਂਡ ਆਰਡਰ ਨੂੰ ਬਿਹਤਰ ਕੀਤਾ, ਸਾਡਾ ਲਾਅ ਐਂਡ ਆਰਡਰ ਵਧੀਆ, ਅਸੀਂ ਇਹਨੂੰ ਹੋਰ ਵਧੀਆ ਕਰਾਂਗੇ ਤਾਂ ਕਿ ਪੰਜਾਬ ਦੇ ਵਿੱਚ ਵੱਧ ਤੋਂ ਵੱਧ ਉਦਯੋਗ ਆਵੇ, ਤਾਂ ਕਿ ਜਿਹੜੇ ਬਾਹਰਲੇ ਲੋਕ ਆ ਇੱਥੇ ਬਿਜ਼ਨਸ ਕਰਨ ਲਈ ਆਕਰਸ਼ਿਤ ਹੋਣ ਔਰ ਸਾਡੇ ਲੋਕਾਂ ਨੂੰ ਰੁਜ਼ਗਾਰ। ਲਾਸਟ ਸਵਾਲ, ਸੀਐਮ ਸਾਹਿਬ ਨੇ ਸਵੇਰੇ ਕਹਿ ਦਿੱਤਾ ਕਿ ਹੁਸ਼ਿਆਰਪੁਰ ਲਈ ਤਿਆਰੀ ਕਰ ਲਓ ਹੁਣ, ਕਿਉਂਕਿ ਤੁਸੀਂ ਇੱਕ ਚੰਗਾ ਕੈਂਡੀਡੇਟ ਹੋ, ਇਲੈਕਸ਼ਨ ਲੜ ਚੁੱਕੇ। ਸੀਐਮ ਸਾਹਿਬ ਨੇ ਕਹਿ ਦਿੱਤਾ, ਇਸ਼ਾਰਾ ਦੇ ਦਿੱਤਾ ਜਾਂ ਸੰਦੀਪ ਪਾਠਕ ਹੋਰਾਂ ਨੇ ਇਸ਼ਾਰਾ ਦੇ ਦਿੱਤਾ? ਸੀਐਮ ਸਾਹਿਬ ਨੇ ਕੋਈ ਇਸ਼ਾਰਾ ਨਹੀਂ ਦਿੱਤਾ। ਮਾਨਯੋਗ ਸੀਐਮ ਸਾਹਿਬ ਨਾਲ ਮੈਂ ਗੱਲ ਕੀਤੀ ਆ, ਜਿੰਨੀ ਵੀ ਗੱਲ ਕੀਤੀ ਆ, ਅਜਿਹੀ ਕੋਈ ਵੀ ਇਸ਼ਾਰਾ ਨਹੀਂ ਹੈ। ਤੇ ਜੋ ਵੀ ਪਾਰਟੀ, ਪਾਰਟੀ ਹਾਈਕਮਾਂਡ ਜੋ ਵੀ ਹੁਕਮ ਲਾਏਗੀ, ਅਸੀਂ ਉਹਨਾਂ ਹੁਕਮਾਂ ਦੇ ਲਈ, ਉਹਨਾਂ ਹੁਕਮਾਂ ਨੂੰ ਮੰਨਣ ਲਈ, ਹਰ ਹੁਕਮ ਮੰਨਣ ਲਈ ਤਿਆਰ ਹਾਂ। ਪੰਜਾਬ ਭਰ ਦੇ ਵਿੱਚ ਹੁਣ ਕਾਂਗਰਸ ਦੇ ਖਿਲਾਫ ਤੇ ਆਮ ਆਦਮੀ ਪਾਰਟੀ ਦੇ ਹੱਕ 'ਚ ਪ੍ਰਚਾਰ ਕਰੋਗੇ, ਕਿਉਂਕਿ ਦਲਿਤ ਚਿਹਰਾ ਹੋ ਤੁਸੀਂ ਔਰ ਤੁਹਾਡਾ ਹੋਲ ਸਿਰਫ ਹੁਸ਼ਿਆਰਪੁਰ 'ਚ ਨਹੀਂ, ਅਨੰਦਪੁਰ, ਜਲੰਧਰ। ਸਾਨੂੰ ਕਿਸੇ ਦੇ ਵਿਰੁੱਧ ਪ੍ਰਚਾਰ ਕਰਨ ਦੀ ਜ਼ਰੂਰਤ ਨਹੀਂ, ਕਿਉਂਕਿ ਆਮ ਆਦਮੀ ਪਾਰਟੀ ਕੋਲ ਦੱਸਣ ਦੇ ਲਈ ਬਹੁਤ ਕੁਛ ਹੈ। ਸੋ ਵਿਰੁੱਧ ਕਿਸੇ ਦੇ ਪ੍ਰਚਾਰ ਕਰਨ ਦੀ ਜ਼ਰੂਰਤ ਨਹੀਂ, ਅਸੀਂ ਆਪਣੀ ਲਾਈਨ ਲੰਬੀ ਕਰਾਂਗੇ। ਕਿੰਨੀਆਂ ਸੀਟਾਂ ਲੱਗਦੀਆਂ ਆਮ ਆਦਮੀ ਪਾਰਟੀ ਦੀ? ਆਪਾਂ 13 ਦੀਆਂ 13 ਜਿੱਤਾਂਗੇ ਜੀ। ਤਾਂ ਰਾਜਕੁਮਾਰ ਚੱਬੇਵਾਲ, 360 ਡਿਗਰੀ ਇਹਨਾਂ ਦਾ ਹਿਰਦੇ ਪਰਿਵਰਤਨ ਹੋਇਆ, ਕਿਉਂ ਹੋਇਆ ਇਹ ਵੀ ਜਾਣਨ ਦੀ ਕੋਸ਼ਿਸ਼ ਕੀਤੀ। ਕੁਝ ਸਵਾਲਾਂ ਦੇ ਜਵਾਬ ਦਿੱਤੇ, ਕੁਝ ਸਵਾਲਾਂ ਦੇ ਜਵਾਬ ਇਹਨਾਂ ਦੇ ਮਨ ਦੇ ਅੰਦਰ ਨੇ। ਕੈਮਰਾਮੈਨ ਵਿਨੋਦ ਦੇ ਨਾਲ ਪੰਕਜ ਪੈ, ਨਿਊਜ਼ 18, ਚੰਡੀਗੜ੍ਹ।